ਅੱਜ ਇੱਕ ਸਾਲ ਹੋ ਗਿਆ ਰਸ਼ੀਆ ਯੂਕਰੇਨ ਵਾਰ ਨੂੰ ਐਂਡ ਅੱਜ ਵੀ ਇੱਕ ਦੇਸ਼ ਆਪਣੀ ਆਜ਼ਾਦੀ ਐਂਡ ਇੱਕ ਦੇਸ਼ ਆਪਣੇ ਹੱਕ ਲਈ ਲੜ ਰਿਹਾ ਹੈ। ਯੂਐਨ ਦੇ ਹਿਊਮਨ ਰਾਈਟਸ ਬੋਡੀ ਦੇ ਅਕੋਰਡਿੰਗ 30 ਜਨਵਰੀ 2023 ਤੱਕ 18,817 ਸਿਵਲੀਅਨ ਕੈਜੁਅਲਟੀਜ਼ ਰਿਕਾਰਡ ਕੀਤੀਆਂ ਗਈਆਂ ਐਂਡ 8 ਮਿਲੀਅਨ ਲੋਕਾਂ ਨੂੰ ਯੂਰਪ ਦੀਆਂ ਦੂਸਰੀ ਕੰਟਰੀਜ਼ ਵਿੱਚ ਰਿਫਿਊਜ ਲੈਣਾ ਪਿਆ। ਇਸ ਤੋਂ ਇਲਾਵਾ ਦੋਨਾਂ ਕੰਟਰੀਜ਼ ਵਿੱਚ ਅਪਰੋਕਸੀਮੇਟਲੀ 200,000 ਮਿਲਟਰੀ ਕੈਜੁਅਲਟੀਜ਼ ਹੋਈਆਂ ਨੇ, ਪਰ ਦੋਨੋਂ ਹੀ ਕੰਟਰੀਜ਼ ਆਪਣੀ ਮਿਲਟਰੀ ਕੈਜੁਅਲਟੀਜ਼ ਨੂੰ ਘੱਟ ਦੱਸ ਰਹੇ ਨੇ। ਵਰਲਡ ਬੈਂਕ ਦੇ ਐਸਟੀਮੇਟਸ ਦੇ ਅਕੋਰਡਿੰਗ ਜਿੱਥੇ ਇੱਕ ਸਾਈਡ ਯੂਕਰੇਨ ਦੀ ਇਕਾਨਮੀ 2022 ਵਿੱਚ 35% ਸ਼੍ਰਿੰਕ ਹੋਈ ਹੈ, ਉੱਥੇ ਰਸ਼ੀਆ ਦੀ ਇਕਾਨਮੀ 4.5% ਸ਼੍ਰਿੰਕ ਹੋਣ ਦੇ ਆਸਾਰ ਨੇ। ਇਸ ਵਾਰ ਦਾ ਨੁਕਸਾਨ ਸਿਰਫ ਰਸ਼ੀਆ ਐਂਡ ਯੂਕਰੇਨ ਤੱਕ ਹੀ ਸੀਮਿਤ ਨਹੀਂ ਰਿਹਾ, ਬਲਕਿ ਇਸ ਦੇ ਨੁਕਸਾਨ ਸਾਰੀ ਦੁਨੀਆ ਦੇ ਵਿੱਚ ਦੇਖੇ ਗਏ ਨੇ। OECD ਦੀ ਇੱਕ ਰਿਪੋਰਟ ਦੇ ਮੁਤਾਬਿਕ ਰਸ਼ੀਆ ਯੂਕਰੇਨ ਵਾਰ ਦੇ ਚੱਲਦੇ ਗਲੋਬਲ ਇਕਾਨਮੀ ਨੂੰ $2.8 trillion ਦਾ ਨੁਕਸਾਨ ਹੋਏਗਾ। ਤੇ ਅਸੀਂ ਦੇਖਿਆ ਵੀ ਕਿ ਇਸ ਵਾਰ ਕਰਕੇ ਗਲੋਬਲ ਇਕਾਨਮੀ ਸ਼੍ਰਿੰਕ ਹੋਈ, ਫੂਡ ਇਨਫਲੇਸ਼ਨ ਵਧਿਆ, ਕਰੂਡ ਆਇਲ ਦੇ ਪ੍ਰਾਈਸਿਸ ਵਧੇ ਐਂਡ ਡਾਇਰੈਕਟਲੀ ਔਰ ਇਨਡਾਇਰੈਕਟਲੀ ਸਾਨੂੰ ਨੁਕਸਾਨ ਹੋਇਆ। ਪਰ ਕੀ ਤੁਹਾਨੂੰ ਪਤਾ ਕਿ ਇਸ ਵਾਰ ਦਾ ਐਕਚੁਅਲ 'ਚ ਫਾਇਦਾ ਕਿਸ ਨੂੰ ਹੋ ਰਿਹਾ ਐਂਡ ਕਿਵੇਂ ਯੂਕਰੇਨ ਯੂਰਪ ਦਾ ਨੈਕਸਟ ਅਫਗਾਨਿਸਤਾਨ ਬਣ ਰਿਹਾ, ਜਾਣਾਂਗੇ ਸਾਰਾ ਕੁਝ ਅੱਜ ਦੀ ਇਸ ਵੀਡੀਓ 'ਚ। ਰੂਸ ਨੇ ਯੂਕਰੇਨ ਪਰ ਹਮਲਾ ਕਰ ਦਿਆ ਹੈ, ਯੂਕਰੇਨ ਨੇ ਵੀ ਜਵਾਬੀ ਕਾਰਵਾਈ ਕੇ ਆਦੇਸ਼ ਦੇ ਦਿਏ। So Putin has decided to send troops on a denazification mission. Poland is pushing to help Ukraine get the modern tanks that its forces say they desperately need. We commit to ensuring that a certain number of Russian banks are removed from SWIFT. Russia's economy is now a backwater, isolated and struggling. Today, Volodymyr Zelensky represents the pulse of Ukraine, the Ukraine that wants to remain independent of Russia. But Vladimir Putin wants to become the man who revived Russian imperialism. He does not realize the world has moved on. ਰਸ਼ੀਆ ਨੇ ਲਾਸਟ ਈਅਰ 24 ਫੈਬਰੀ ਨੂੰ ਯੂਕਰੇਨ ਤੇ ਸਪੈਸ਼ਲ ਮਿਲਟਰੀ ਆਪਰੇਸ਼ਨ ਸਟਾਰਟ ਕੀਤਾ। ਰਸ਼ੀਆ ਨੂੰ ਲੱਗਿਆ ਸੀ ਕਿ ਜਿੱਦਾਂ 2014 ਵਿੱਚ ਉਸਨੇ ਆਸਾਨੀ ਨਾਲ ਯੂਕਰੇਨ ਦੇ ਕ੍ਰਾਈਮੀਆ ਰੀਜਨ ਤੇ ਕਬਜ਼ਾ ਕਰ ਲਿਆ ਸੀ, ਏਦਾਂ ਹੀ ਇਸ ਵਾਰ ਉਹ ਈਜ਼ਲੀ ਯੂਕਰੇਨ ਦੇ ਇੱਕ ਵੱਡੇ ਹਿੱਸੇ ਤੇ ਕਬਜ਼ਾ ਕਰ ਲਏਗਾ। ਐਂਡ ਸੱਚੀ ਦੱਸਾਂ ਤੇ ਸਟਾਰਟਿੰਗ ਵਿੱਚ ਏਦਾਂ ਹੋਇਆ ਵੀ, ਪਰ ਬਾਅਦ ਵਿੱਚ ਯੂਕਰੇਨ ਨੂੰ ਯੂਰਪ ਐਂਡ US ਦੀ ਹੈਲਪ ਮਿਲਣੀ ਸਟਾਰਟ ਹੋ ਗਈ, ਜਿਸ ਦੇ ਚੱਲਦੇ ਯੂਕਰੇਨ ਹੁਣ ਰਸ਼ੀਆ ਨੂੰ ਕਾਫੀ ਟਫ ਬੈਟਲ ਦੇ ਰਿਹਾ ਹੈ। ਪਰ ਇੱਥੇ ਕੁਐਸਚਨ ਸਾਹਮਣੇ ਆਉਂਦਾ ਹੈ ਕਿ ਰਸ਼ੀਆ ਯੂਕਰੇਨ ਤੇ ਹਮਲਾ ਕਰਕੇ ਉਸਨੂੰ ਕਬਜ਼ਾ ਕਿਉਂ ਕਰਨਾ ਚਾਹੁੰਦਾ ਹੈ, ਤੇ ਇਸ ਦਾ ਆਨਸਰ ਮਿਲੇਗਾ ਸਾਨੂੰ ਇਤਿਹਾਸ 'ਚ। ਰਸ਼ੀਆ ਹਮੇਸ਼ਾ ਤੋਂ ਇੱਕ ਮਿਲਟਰਾਈਜ਼ ਕੰਟਰੀ ਰਿਹਾ ਹੈ, ਕਿਉਂਕਿ ਰਸ਼ੀਆ ਤੇ ਹਿਸਟੋਰੀਕਲੀ ਵੀ ਕਾਫੀ ਅਟੈਕ ਹੁੰਦੇ ਆਏ ਨੇ, ਚਾਹੇ ਉਹ 13th century ਵਿੱਚ ਮੰਗੋਲ ਇਨਵੇਜਨ ਹੋਏ, ਜਾਂ ਫਿਰ 1812 'ਚ ਨੈਪੋਲੀਅਨ ਦਾ ਕੈਂਪੇਨ, ਜਾਂ ਫਿਰ 1941 'ਚ ਹਿਟਲਰ ਦਾ ਅਟੈਕ। ਰਸ਼ੀਆ ਤੇ ਹਮੇਸ਼ਾ ਹੀ ਬਾਹਰੀ ਤਾਕਤਾਂ ਹਮਲਾ ਕਰਦੀਆਂ ਆਈਆਂ ਨੇ, ਇਸੇ ਲਈ ਰਸ਼ੀਆ ਨੂੰ ਆਪਣੇ ਬਾਰਡਰਸ ਨੂੰ ਸਿਕਿਉਰ ਕਰਨਾ ਇੱਕ ਕੰਸਰਨ ਬਣਿਆ ਹੋਇਆ ਹੈ, ਜਿਸ ਦੇ ਚੱਲਦੇ ਯੂਕਰੇਨ ਤੇ ਉਸਨੇ ਹਮਲਾ ਵੀ ਕੀਤਾ ਹੈ। ਰਸ਼ੀਅਨ ਸਟੱਡੀਜ਼ ਦੇ ਪ੍ਰੋਫੈਸਰ ਗ੍ਰੈਗ ਕਾਰਲਿੰਟਨ ਨੇ ਰਸ਼ੀਆ ਦੇ ਇਸੇ ਐਟੀਟਿਊਡ ਨੂੰ ਡਿਫੈਂਸਿਵ ਐਕਸਪੈਂਸ਼ਨਿਜ਼ਮ ਦਾ ਨਾਮ ਦਿੱਤਾ ਹੈ। ਗ੍ਰੈਗ ਕਹਿੰਦੇ ਨੇ ਕਿ ਰਸ਼ੀਆ ਦਾ ਸ਼ੁਰੂ ਤੋਂ ਮੰਨਣਾ ਹੈ ਕਿ ਅਗਰ ਤੁਹਾਡਾ ਨੇਬਰ ਹੋਸਟਾਈਲ ਹੈ ਜਾਂ ਉਹ ਤੁਹਾਡੇ ਫਿਊਚਰ 'ਚ ਕਦੀ ਅਟੈਕ ਕਰ ਸਕਦਾ ਹੈ, ਤੇ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਦਾ ਬੈਸਟ ਵੇ ਹੈ ਕਿ ਪਹਿਲਾਂ ਹੀ ਉਸਤੇ ਅਟੈਕ ਕਰਕੇ ਜਾਂ ਤੇ ਉਹਨੂੰ ਅਨੈਕਸ ਕਰ ਦਿੱਤਾ ਜਾਏ ਜਾਂ ਫਿਰ ਉਹਨੂੰ ਇੰਨਾ ਵੀਕ ਕਰ ਦਿੱਤਾ ਜਾਏ ਕਿ ਉਹ ਕਦੇ ਤੁਹਾਡੇ ਤੇ ਅਟੈਕ ਕਰਨ ਦੀ ਸੋਚੇ ਵੀ ਨਾ। ਕੋਲਡ ਵਾਰ ਟਾਈਮ ਵੀ ਇਦਾਂ ਹੀ ਹੋਇਆ ਸੀ, ਇਹ ਉਹ ਟਾਈਮ ਸੀ ਜਦ ਕੋਲਡ ਵਾਰ ਪੋਲਿਟਿਕਸ ਦੇ ਚੱਲਦੇ ਸੋਵੀਅਤ ਯੂਨੀਅਨ ਆਪਣੇ ਸਦਰਨ ਨੇਬਰ ਨੂੰ ਇਸਲਾਮਿਕ ਫੰਡਾਮੈਂਟਲਿਜ਼ਮ ਐਂਡ ਵੈਸਟਰਨ ਇਨਫਲੂਐਂਸ ਤੋਂ ਬਚਾਉਣ ਲਈ ਅਫਗਾਨਿਸਤਾਨ ਨੂੰ ਆਪਣਾ ਸੈਟੇਲਾਈਟ ਸਟੇਟ ਬਣਾਉਣਾ ਚਾਹੁੰਦਾ ਸੀ, ਬਟ USSR ਦੇ 10 ਸਾਲ ਦੇ ਕੈਂਪੇਨ ਨੇ ਅਫਗਾਨਿਸਤਾਨ 'ਚ ਇਨਸਿਕਿਉਰਿਟੀ ਐਂਡ ਐਕਸਟ੍ਰੀਮਿਜ਼ਮ ਨੂੰ ਐਨਕਰੇਜ ਕੀਤਾ, ਜਿਸ ਦੇ ਚੱਲਦੇ ਅਫਗਾਨਿਸਤਾਨ ਦੇ ਲੋਕ ਖੁਦ USSR ਦੇ ਅਗੇਂਸਟ ਹੋ ਗਏ। ਇਸ ਤੋਂ ਬਾਅਦ USA ਨੇ ਸਾਊਦੀ ਅਰਬ ਐਂਡ ਪਾਕਿਸਤਾਨ ਦੀ ਹੈਲਪ ਨਾਲ ਅਫਗਾਨਿਸਤਾਨ 'ਚ ਮੁਜਾਹਿਦੀਨ ਨੂੰ ਹੈਲਪ ਪ੍ਰੋਵਾਈਡ ਕੀਤੀ। USA ਐਂਡ ਸਾਊਦੀ ਦੋਨਾਂ ਨੇ ਇੰਡੀਵਿਜੁਅਲੀ ਇਹਨਾਂ ਮੁਜਾਹਿਦੀਨ ਨੂੰ $2.7 billion ਦੀ ਸਪੋਰਟ ਦਿੱਤੀ। ਇਸ ਤੋਂ ਇਲਾਵਾ ਸਾਊਦੀ ਪ੍ਰਾਈਵੇਟ ਸੋਰਸਿਸ ਨੇ ਵੀ $4 billion ਦੀ ਹੈਲਪ ਕੀਤੀ। ਇਸ ਦੇ ਚੱਲਦੇ ਅਫਗਾਨਿਸਤਾਨ ਦੀ ਇੱਕ ਵੱਡੀ ਆਬਾਦੀ ਕੋਲ ਹਥਿਆਰ ਆਏ ਜੋ ਉਹਨਾਂ ਨੇ USSR ਦੇ ਅਗੇਂਸਟ ਵੀ ਯੂਜ਼ ਕੀਤੇ, ਪਰ ਇਸ ਰਾਈਵਲਰੀ ਦੀ ਕੀਮਤ ਅਫਗਾਨ ਲੋਕਾਂ ਨੂੰ ਚੁਕਾਉਣੀ ਪਈ, ਕਿਉਂਕਿ ਜਿਹੜੇ ਹਥਿਆਰ ਸੋਵੀਅਤ ਨਾਲ ਲੜਨ ਲਈ ਮੁਜਾਹਿਦੀਨ ਨੂੰ ਦਿੱਤੇ ਸੀ, ਅੱਜ ਉਹੀ ਮੁਜਾਹਿਦੀਨ ਤਾਲਿਬਾਨ ਦੇ ਰੂਪ 'ਚ ਅਫਗਾਨਿਸਤਾਨ ਨੂੰ ਚਲਾ ਰਹੇ ਆ। ਐਂਡ ਆਹੀ ਪੈਟਰਨ ਅੱਜ ਅਸੀਂ ਯੂਕਰੇਨ ਐਂਡ ਰਸ਼ੀਆ ਵਾਰ ਦੇ ਵਿੱਚ ਵੀ ਦੇਖ ਸਕਦੇ ਹਾਂ। ਇੱਕ ਸਾਈਡ ਜਿੱਥੇ ਰਸ਼ੀਆ ਨੇ ਆਪਣੇ ਬਾਰਡਰਸ ਨੂੰ ਸਿਕਿਉਰ ਕਰਨ ਲਈ ਐਂਡ ਨੈਟੋ ਦੇ ਐਕਸਪੈਂਸ਼ਨ ਨੂੰ ਰੋਕਣ ਲਈ ਯੂਕਰੇਨ ਤੇ ਹਮਲਾ ਕੀਤਾ ਹੈ, ਉੱਥੇ ਦੂਸਰੀ ਸਾਈਡ USA ਐਂਡ ਯੂਰਪ ਯੂਕਰੇਨ ਨੂੰ ਫਾਈਨੈਂਸ਼ੀਅਲ ਐਂਡ ਮਿਲਟਰੀ ਸਪੋਰਟ ਪ੍ਰੋਵਾਈਡ ਕਰ ਰਹੇ ਆ ਐਂਡ ਅਫਗਾਨਿਸਤਾਨ ਦੀ ਹੀ ਤਰ੍ਹਾਂ ਯੂਕਰੇਨ ਦੀ ਆਮ ਜਨਤਾ ਨੂੰ ਹਥਿਆਰ ਦੇ ਰਹੇ ਆ। ਹੁਣ ਤੁਸੀਂ ਸੋਚ ਰਹੇ ਹੋ ਕਿ ਅਗਰ USA ਨੇ ਯੂਕਰੇਨ ਦੇ ਸਿਵਿਲੀਅਨਸ ਨੂੰ ਹਥਿਆਰ ਦਿੱਤੇ ਆ ਤੇ ਇਸ ਦੇ ਵਿੱਚ ਗਲਤ ਵੀ ਕੀ ਆ, ਉਹ ਤੇ ਆਪਣੇ ਦੇਸ਼ ਵਾਸਤੇ ਲੜ ਰਹੇ ਆ ਐਂਡ ਅਗਰ ਸ਼ਾਇਦ ਅਸੀਂ ਹੁੰਦੇ ਉਹਨਾਂ ਦੀ ਜਗ੍ਹਾ ਤੇ ਅਸੀਂ ਵੀ ਸ਼ਾਇਦ ਇਦਾਂ ਹੀ ਕਰਦੇ। ਤੇ ਮੈਂ ਇੱਥੇ ਕਹਿਣਾ ਚਾਹੂੰਗਾ ਕਿ ਸਾਨੂੰ ਹਿਸਟਰੀ ਤੋਂ ਸਬਕ ਲੈਣੇ ਚਾਹੀਦੇ ਆ ਐਂਡ ਇਸ ਵਾਰ ਸਾਨੂੰ ਹਿਸਟਰੀ 'ਚ ਜ਼ਿਆਦਾ ਦੂਰ ਜਾਣ ਦੀ ਲੋੜ ਨਹੀਂ ਗੀ, ਆਪਾਂ ਨੂੰ ਤਾਲਿਬਾਨ ਦੀ ਹਿਸਟਰੀ ਤੋਂ ਹੀ ਆਪਾਂ ਸਬਕ ਲੈ ਸਕਦੇ ਹਾਂ। ਯੂਕਰੇਨ ਵਿੱਚ ਆਮ ਜਨਤਾ ਨੂੰ ਵੈਪਨ ਦੇਣ 'ਚ ਜੋ ਸਭ ਤੋਂ ਵੱਡੀ ਪ੍ਰੋਬਲਮ ਮੈਨੂੰ ਲੱਗਦੀ ਆ ਉਹ ਹੈ ਯੂਕਰੇਨ ਦੀ ਅਜ਼ੋਵ ਬਟਾਲੀਅਨ। ਯੈਸ, ਅਜ਼ੋਵ ਬਟਾਲੀਅਨ। The shooter is linked to a 74-page manifesto filled with white supremacist rhetoric. FBI agents say he expressed a desire to travel to Ukraine to fight with a far-right paramilitary group. At least one member of an American hate group also trained in Ukraine with Azov Battalion.
ਸ਼ਾਇਦ ਤੁਸੀਂ ਇਹ ਨਾਮ ਪਹਿਲੀ ਵਾਰ ਸੁਣ ਰਹੇ ਹੋਣੇ, ਪਰ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹ ਅਜ਼ੋਵ ਬਟਾਲੀਅਨ ਯੂਕਰੇਨ ਦੀ ਫਾਰ ਰਾਈਟ ਮਿਲਟਰੀ ਵਿੰਗ ਹੈ ਜੋ ਨਾਜ਼ੀ ਐਂਡ ਵਾਈਟ ਸੁਪਰੀਮੇਸਿਸਟ ਆਈਡੀਓਲੋਜੀ ਨੂੰ ਸਪੋਰਟ ਕਰਦੀ ਹੈ। ਇਸ ਵਿਚਾਰਧਾਰਾ ਵਿੱਚ ਵਾਈਟ ਸਕਿਨ ਐਂਡ ਬਲੂ ਆਈਜ਼ ਵਾਲੇ ਲੋਕਾਂ ਨੂੰ ਰੇਸ਼ਲੀ ਸੁਪਰੀਮ ਮੰਨਿਆ ਜਾਂਦਾ ਹੈ ਐਂਡ ਇਹਨਾਂ ਲੋਕਾਂ ਦੇ ਅਕੋਰਡਿੰਗ ਇਹਨਾਂ ਨੂੰ ਹੀ ਧਰਤੀ 'ਤੇ ਰਹਿਣ ਦਾ ਐਂਡ ਰੂਲ ਕਰਨ ਦਾ ਅਧਿਕਾਰ ਹੈ। ਇਸੀ ਰੇਸਿਜ਼ਮ ਦੇ ਚੱਲਦੇ ਹਿਟਲਰ ਨੇ ਲੱਖਾਂ ਜੂਸ ਨੂੰ ਹੋਲੋਕਾਸਟ ਵਿੱਚ ਮਾਰ ਦਿੱਤਾ ਸੀ। ਅਜ਼ੋਵ ਬਟਾਲੀਅਨ ਯੂਕਰੇਨ ਦੇ ਡੋਨਾਸਕ ਰੀਜਨ ਵਿੱਚ ਆਪਰੇਟ ਕਰਦੀ ਆ ਐਂਡ ਡੋਨਾਸਕ ਦੇ ਪ੍ਰੋ ਰਸ਼ੀਅਨ ਸੈਪਰੇਟਿਸ ਅਗੇਂਸਟ ਲੜਦੀ ਵੀ ਆ। 2015 ਵਿੱਚ ਅਜ਼ੋਵ ਬਟਾਲੀਅਨ ਦੇ ਸਪੋਕਸਪਰਸਨ ਨੇ ਵੀ ਕਿਹਾ ਸੀ ਕਿ ਬਟਾਲੀਅਨ ਵਿੱਚ 10-20% ਆਰਮੀ ਦੇ ਲੋਕ ਨਾਜ਼ੀ ਆਈਡੀਓਲੋਜੀ ਨੂੰ ਸਪੋਰਟ ਕਰਦੇ ਨੇ ਐਂਡ ਇਸ ਆਈਡੀਓਲੋਜੀ ਦੀ ਪਹਿਚਾਣ ਅਸੀਂ ਅਜ਼ੋਵ ਦੀ ਯੂਨੀਫਾਰਮ ਐਂਡ ਉਹਨਾਂ ਦੇ ਫਲੈਗ ਤੇ ਵੀ ਦੇਖ ਸਕਦੇ ਹਾਂ। ਅਜ਼ੋਵ ਬਟਾਲੀਅਨ ਦੀ ਯੂਨੀਫਾਰਮ ਤੇ ਵੋਲਫਸਨੈਗਲ ਦਾ ਸਿੰਬਲ ਦੇਖਿਆ ਜਾ ਸਕਦਾ ਹੈ ਜੋ ਹਿਟਲਰ ਦੇ ਬੈਕ ਹੈਕਨ ਕਰੂਜ਼ ਨਾਲ ਰਿਸੈਂਬਲ ਕਰਦਾ ਹੈ। 2018 ਵਿੱਚ ਅਜ਼ੋਵ ਬਟਾਲੀਅਨ ਨੇ ਦੁਰਜਨਾ ਨਾਮ ਦੀ ਇੱਕ ਪੈਟਰੋਲ ਯੂਨਿਟ ਬਣਾਈ ਸੀ। ਇਸ ਪੈਟਰੋਲ ਯੂਨਿਟ ਦਾ ਕੰਮ ਸੀ ਯੂਕਰੇਨ ਦੇ ਵਿੱਚ ਪੀਸ ਨੂੰ ਰਿਸਟੋਰ ਕਰਨਾ, ਪਰ ਇਹ ਯੂਨਿਟ ਯੂਕਰੇਨ ਦੀ ਮਾਈਨੋਰਿਟੀ ਰੋਮਾ ਕਮਿਊਨਿਟੀ ਐਂਡ ਐਲਜੀਬੀਟੀ ਕਮਿਊਨਿਟੀ ਅਗੇਂਸਟ ਅਤਿਆਚਾਰ ਕਰਦੀ ਸੀ। ਤੁਸੀਂ ਯੂਕਰੇਨ ਦੀ ਰੋਮਾ ਕਮਿਊਨਿਟੀ ਬਾਰੇ ਗੂਗਲ ਵੀ ਕਰ ਸਕਦੇ ਹੋ ਐਂਡ ਦੇਖ ਸਕਦੇ ਹੋ ਕਿ ਕਿਵੇਂ ਇਹਨਾਂ ਮਾਈਨੋਰਿਟੀ ਗਰੁੱਪਸ ਅਗੇਂਸਟ ਰੇਸ਼ੀਅਲ ਅਟੈਕਸ ਵਧੇ ਨੇ। 2016 ਵਿੱਚ ਯੂਐਨ ਦੀ ਹਿਊਮਨ ਰਾਈਟਸ ਬੋਡੀ ਨੇ ਵੀ ਅਜ਼ੋਵ ਬਟਾਲੀਅਨ ਦੀ ਇੱਕ ਰਿਪੋਰਟ ਪਬਲਿਸ਼ ਕੀਤੀ ਸੀ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਕਿਵੇਂ ਅਜ਼ੋਵ ਬਟਾਲੀਅਨ ਯੂਕਰੇਨ ਦੇ ਡੋਨਬਾਸ ਰੀਜਨ ਦੇ ਵਿੱਚ ਹਿਊਮਨ ਰਾਈਟਸ ਵਾਇਓਲੇਸ਼ਨ ਕਰ ਰਹੀ ਆ। ਇਹ ਉਹੀ ਰੀਜਨ ਆ ਜਿੱਥੇ ਰਸ਼ੀਆ ਨੇ ਸਭ ਤੋਂ ਪਹਿਲਾਂ ਅਟੈਕ ਕੀਤਾ ਸੀ। ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਦੀਮੀਰ ਪੁਤਿਨ ਦਾ ਵੀ ਮੰਨਣਾ ਹੈ ਕਿ ਯੂਕਰੇਨ ਦੀ ਆਰਮੀ ਵਿੱਚ ਨਾਜ਼ੀ ਸੋਚ ਵਾਲੇ ਲੋਕ ਮੌਜੂਦ ਨੇ, ਇਸੇ ਲਈ ਉਹਨਾਂ ਨੇ ਯੂਕਰੇਨ ਤੇ ਸਪੈਸ਼ਲ ਮਿਲਟਰੀ ਆਪਰੇਸ਼ਨ ਵੀ ਕੀਤਾ ਹੈ। ਅਜ਼ੋਵ ਬਟਾਲੀਅਨ ਕਿੰਨੀ ਰੇਸਿਸਟ ਆ ਇਸ ਦਾ ਅੰਦਾਜ਼ਾ ਸੀ ਇੱਥੋਂ ਲਗਾ ਸਕਦੇ ਹਾਂ ਕਿ ਜਦ ਰਸ਼ੀਆ ਨੂੰ ਚਚਨਿਆਂ ਦੇ ਮੁਸਲਿਮਸ ਨੇ ਸਪੋਰਟ ਕੀਤਾ ਤੇ ਅਜ਼ੋਵ ਬਟਾਲੀਅਨ ਨੇ ਆਪਣੇ ਬੁਲੇਟਸ ਤੇ ਸੂਰ ਦੀ ਚਰਬੀ ਦੀ ਕੋਟਿੰਗ ਕੀਤੀ ਤਾਂ ਜੋ ਚਚਨਿਆਂ ਦੇ ਮੁਸਲਿਮਸ ਦੀ ਰਿਲੀਜੀਅਸ ਫੀਲਿੰਗਸ ਨੂੰ ਹਰਟ ਕੀਤਾ ਜਾ ਸਕੇ। ਅਜ਼ੋਵ ਬਟਾਲੀਅਨ ਅੱਜ ਬੇਸ਼ੱਕ ਨੈਸ਼ਨਲਿਸਟ ਹੋ ਕੇ ਰਸ਼ੀਆ ਦੇ ਅਗੇਂਸਟ ਲੜ ਰਿਹਾ ਹੈ, ਪਰ ਮੈਨੂੰ ਅਜ਼ੋਵ ਬਟਾਲੀਅਨ ਐਂਡ ਤਾਲਿਬਾਨ ਵਿੱਚ ਕੋਈ ਫਰਕ ਨਹੀਂ ਦਿਖਦਾ। ਜਿੱਥੇ ਇੱਕ ਸਾਈਡ ਤਾਲਿਬਾਨ ਦੇ ਵਿੱਚ ਰਿਲੀਜੀਅਸ ਐਕਸਟ੍ਰੀਮਿਜ਼ਮ ਹੈ, ਉੱਥੇ ਅਜ਼ੋਵ ਦੇ ਵਿੱਚ ਰੇਸ਼ੀਅਲ ਐਕਸਟ੍ਰੀਮਿਜ਼ਮ ਹੈ। ਅੱਜ ਰਸ਼ੀਆ ਯੂਕਰੇਨ ਦੇ ਵਾਰ ਦੇ ਚੱਲਦੇ ਯੂਕਰੇਨ ਦੀ ਇਕਾਨਮੀ ਪੂਰੀ ਤਰੀਕੇ ਨਾਲ ਤਬਾਹ ਹੋ ਚੁੱਕੀ ਆ। USA ਨੇ ਯੂਕਰੇਨ ਨੂੰ $68 billion ਦੀ ਏਡ ਵੀ ਦਿੱਤੀ ਆ ਐਂਡ ਹੁਣ ਬਾਈਡਨ ਨੇ US ਕਾਂਗਰਸ ਕੋਲੋਂ ਯੂਕਰੇਨ ਦੀ ਸਪੋਰਟ ਲਈ $37.7 billion ਹੋਰ ਮੰਗੇ ਨੇ। USA ਤੋਂ ਇਲਾਵਾ UK, ਪੋਲੈਂਡ ਐਂਡ ਕੈਨੇਡਾ ਨੇ ਵੀ ਫਾਈਨੈਂਸ਼ੀਅਲ ਐਂਡ ਮਿਲਟਰੀ ਸਪੋਰਟ ਯੂਕਰੇਨ ਨੂੰ ਭੇਜੀ ਹੈ। ਇਸ ਤੋਂ ਇਲਾਵਾ ਯੂਰੋਪੀਅਨ ਯੂਨੀਅਨ ਨੇ ਵੀ ਯੂਕਰੇਨ ਨੂੰ €9 billion ਭੇਜਣ ਦਾ ਪ੍ਰੋਮਿਸ ਕੀਤਾ ਸੀ, ਪਰ ਅਸਲ ਦੇ ਵਿੱਚ ਸਿਰਫ €3 billion ਹੀ ਭੇਜੇ। ਹੁਣ ਯੂਰੋਪੀਅਨ ਯੂਨੀਅਨ ਨੇ ਯੂਕਰੇਨ ਨੂੰ ਪ੍ਰੋਮਿਸ ਕੀਤਾ ਹੈ ਕਿ ਉਹ 2023 ਵਿੱਚ ਯੂਕਰੇਨ ਨੂੰ €18 billion ਦੇਵੇਗਾ, ਜੋ ਕਿ ਮੰਥਲੀ €1.5 billion ਦੀ ਇੰਸਟਾਲਮੈਂਟ ਵਿੱਚ ਹੋਏਗੀ। ਪਰ ਇੰਨੀ ਏਡ ਮਿਲਣ ਦੇ ਬਾਵਜੂਦ ਵੀ ਯੂਕਰੇਨ ਦਾ ਸਿਰਫ ਗੁਜ਼ਾਰਾ ਹੀ ਚੱਲ ਰਿਹਾ ਹੈ। ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਹਰ ਮਹੀਨੇ $5-7 billion ਦੀ ਜ਼ਰੂਰਤ ਹੈ ਆਪਣੇ ਸਰਵਾਈਵਲ ਲਈ। ਇਸ ਤੋਂ ਇਲਾਵਾ ਯੂਕਰੇਨ ਦਾ ਜਿੰਨਾ ਪਬਲਿਕ ਇਨਫਰਾਸਟ੍ਰਕਚਰ ਡੈਮੇਜ ਹੋਇਆ ਵਾ, ਉਸ ਲਈ ਯੂਕਰੇਨ ਨੂੰ ਅਪਰੋਕਸੀਮੇਟਲੀ $1 trillion ਦੀ ਫਿਊਚਰ 'ਚ ਲੋੜ ਪਏਗੀ। ਯੂਕਰੇਨ ਇਸ ਵਾਰ ਤੋਂ ਪਹਿਲਾਂ ਹੀ ਯੂਰਪ ਦੀ ਸਭ ਤੋਂ ਗਰੀਬ ਕੰਟਰੀਆਂ ਵਿੱਚੋਂ ਇੱਕ ਹੈ। ਵਾਰ ਦੇ ਚੱਲਦੇ ਯੂਕਰੇਨ ਦੀ ਇੱਕ ਵੱਡੀ ਆਬਾਦੀ ਘਰ ਤੋਂ ਬੇਘਰ ਹੋ ਗਈ ਹੈ ਐਂਡ ਹੁਣ 60% ਪਾਪੂਲੇਸ਼ਨ ਨੈਸ਼ਨਲ ਪਾਵਰਟੀ ਲਾਈਨ ਤੋਂ ਥੱਲੇ ਆਪਣਾ ਗੁਜ਼ਾਰਾ ਕਰ ਰਹੀ ਹੈ। ਇਸ ਤੋਂ ਬਾਅਦ ਯੂਕਰੇਨ ਵਿੱਚ ਇਨਫਲੇਸ਼ਨ ਰੇਟ 24% ਹੈ, ਜਿਸ ਦੇ ਚੱਲਦੇ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਰੇਟ ਅਸਮਾਨ ਨੂੰ ਛੂ ਰਹੇ ਨੇ। ਇਹਨਾਂ ਸਾਰੇ ਰੀਜ਼ਨਸ ਕਰਕੇ ਯੂਕਰੇਨ ਵਿੱਚ ਸੋਸ਼ਲ ਡਿਸਇੰਟੀਗ੍ਰੇਸ਼ਨ ਹੋ ਸਕਦਾ ਹੈ ਤੇ ਯੂਕਰੇਨ ਯੂਰਪ ਦਾ ਨੈਕਸਟ ਅਫਗਾਨਿਸਤਾਨ ਬਣ ਸਕਦਾ ਹੈ। ਅਗਰ ਅੱਜ ਆਪਾਂ ਯੂਕਰੇਨ ਐਂਡ ਅਫਗਾਨਿਸਤਾਨ ਨੂੰ ਕੰਪੇਅਰ ਕਰੀਏ ਤਾਂ ਦੋਨੋਂ ਕੰਟਰੀਜ਼ ਹੀ USA ਐਂਡ ਰਸ਼ੀਆ ਦੀ ਕੋਲਡ ਵਾਰ ਦਾ ਬੈਟਲ ਗਰਾਉਂਡ ਬਣੀਆਂ ਨੇ। ਜਿਵੇਂ 1979 ਚ USSR ਨੇ ਅਫਗਾਨਿਸਤਾਨ ਦਾ ਇਨਵੇਜ਼ਨ ਆਈਡੀਓਲੋਜੀਕਲ ਐਂਡ ਜੀਓਪੋਲੀਟੀਕਲ ਕੈਲਕੂਲੇਸ਼ਨ ਕਰਕੇ ਕੀਤਾ ਸੀ, ਉਦਾਂ ਹੀ ਯੂਕਰੇਨ ਇਨਵੇਜ਼ਨ ਲਈ ਵੀ ਰਸ਼ੀਆ ਦੇ ਸੇਮ ਹੀ ਰੀਜ਼ਨ ਨੇ, ਜਿਸ 'ਚ ਅਜ਼ੋਵ ਬਟਾਲੀਅਨ 'ਚ ਨਾਜ਼ੀ ਆਈਡੀਓਲੋਜੀ ਐਂਡ ਨੈਟੋ ਦੇ ਐਕਸਪੈਂਸ਼ਨ ਨੂੰ ਰੋਕਣਾ ਸ਼ਾਮਿਲ ਹੈ। ਇਸ ਤੋਂ ਬਾਅਦ ਦੋਨੋਂ ਹੀ ਕੰਟਰੀਜ਼ ਨੂੰ ਵੈਸਟ ਵੱਲੋਂ ਮਿਲਟਰੀ ਸਪੋਰਟ ਮਿਲਿਆ ਹੈ। ਇਸ ਮਿਲਟਰੀ ਸਪੋਰਟ ਵਿੱਚ ਸਟਿੰਗਰ ਐਂਟੀ ਏਅਰਕ੍ਰਾਫਟ ਮਿਸਾਈਲਸ, ਜੈਵਲਿਨ ਐਂਟੀ ਟੈਂਕ ਮਿਸਾਈਲਸ, ਸਨਾਈਪਰਸ, ਨਾਈਟ ਵਿਜ਼ਨ ਗੋਗਲਸ, ਪੋਰਟੇਬਲ ਸਰਵੇਲੈਂਸ ਰੇਡਾਰਸ, ਇਹ ਸਭ ਕੁਝ ਮਿਲਿਆ ਹੈ। ਇਹਨਾਂ ਸਾਰੇ ਹਥਿਆਰਾਂ ਦੀ ਸਪਲਾਈ ਤੋਂ ਇੱਕ ਗੱਲ ਸਮਝ ਆਉਂਦੀ ਆ ਕਿ USA ਦੀ ਕੋਈ ਇੰਟੈਂਸ਼ਨ ਨਹੀਂ ਆ ਰਸ਼ੀਅਨ ਗਵਰਨਮੈਂਟ ਨੂੰ ਟੋਪਲ ਕਰਨ ਦੀ, ਬਲਕਿ USA ਰਸ਼ੀਆ ਨੂੰ ਉਹਨਾਂ ਦਾ ਵਿਅਤਨਾਮ ਦੇਣਾ ਚਾਹੁੰਦਾ ਹੈ, ਕਿਉਂਕਿ ਇਹਨਾਂ ਹਥਿਆਰਾਂ ਦੀ ਸਪਲਾਈ ਦੇ ਨਾਲ ਯੂਕਰੇਨ ਕਦੇ ਵੀ ਰਸ਼ੀਆ ਤੇ ਜਿੱਤ ਤੇ ਨਹੀਂ ਸਕਦਾ, ਪਰ ਇੱਕ ਲੰਬੇ ਟਾਈਮ ਤੱਕ ਉਹਨਾਂ ਨੂੰ ਤੰਗ ਜ਼ਰੂਰ ਕਰ ਸਕਦਾ ਹੈ। ਇਸ ਤੋਂ ਬਾਅਦ ਕਰਪਟ ਕਲਿਪਟੋਕਰੇਸੀ ਨੇ ਅਫਗਾਨਿਸਤਾਨ ਨੂੰ ਲੰਬੇ ਸਮੇਂ ਤੱਕ ਲੁੱਟਿਆ ਹੈ, ਉਦਾਂ ਹੀ ਯੂਕਰੇਨ ਦੇ ਵਿੱਚ ਵੀ ਕਰਪਟ ਲੀਡਰਸ ਦਾ ਇਤਿਹਾਸ ਰਿਹਾ ਹੈ ਐਂਡ ਦੋਨਾਂ ਕੰਟਰੀਜ਼ ਦੀ ਕਰਪਟ ਲੀਡਰਸ਼ਿਪ ਦੋਨੋਂ ਕੰਟਰੀਜ਼ ਨੂੰ ਲੰਬੇ ਸਮੇਂ ਤੱਕ ਲੁੱਟਦੀਆਂ ਰਹਿਣਗੀਆਂ। ਇਸ ਤੋਂ ਬਾਅਦ ਜਿੱਥੇ ਅਫਗਾਨਿਸਤਾਨ ਦੇ ਵਿੱਚ ਰਿਲੀਜੀਅਸ ਐਕਸਟ੍ਰੀਮਿਜ਼ਮ ਹੈ, ਉੱਥੇ ਯੂਕਰੇਨ ਦੇ ਵਿੱਚ ਰੇਸ਼ੀਅਲ ਐਕਸਟ੍ਰੀਮਿਜ਼ਮ ਹੈ ਐਂਡ ਸਾਨੂੰ ਪਤਾ ਹੈ ਕਿ ਕਿਸੇ ਵੀ ਟਾਈਪ ਦਾ ਐਕਸਟ੍ਰੀਮਿਜ਼ਮ ਕਿਸੇ ਕੰਟਰੀ ਲਈ ਕਿੰਨਾ ਖਤਰਨਾਕ ਹੁੰਦਾ ਹੈ। ਜਰਮਨੀ ਦੀ ਫਾਰਮਰ ਚਾਂਸਲਰ ਐਂਜਲਾ ਮਰਕਲ ਨੇ ਵੀ ਕਿਹਾ ਸੀ ਕਿ ਵੈਸਟ ਯੂਕਰੇਨ ਨੂੰ ਵਾਰ ਲਈ ਰੈਡੀ ਕਰ ਰਿਹਾ ਸੀ ਐਂਡ ਇਹ ਕੋਲਡ ਵਾਰ ਕਦੇ ਖਤਮ ਨਹੀਂ ਹੋਈ। ਇਹਨਾਂ ਸਾਰੇ ਪੁਆਇੰਟਸ ਤੋਂ ਇੱਕ ਗੱਲ ਸਮਝ ਆਉਂਦੀ ਹੈ ਕਿ ਯੂਕਰੇਨ ਐਂਡ ਅਫਗਾਨਿਸਤਾਨ ਵਰਗੀ ਛੋਟੀ ਕੰਟਰੀਆਂ ਹਮੇਸ਼ਾ ਤੋਂ ਪਾਵਰਫੁਲ ਕੰਟਰੀਜ਼ ਦਾ ਬੈਟਲ ਗਰਾਊਂਡ ਬਣਦੀਆਂ ਆਈਆਂ ਸੀ ਐਂਡ ਫਿਊਚਰ 'ਚ ਵੀ ਬਣਦੀਆਂ ਰਹਿਣਗੀਆਂ। ਹੁਣ ਤੱਕ ਅਸੀਂ
ਹੁਣ ਗੱਲ ਕਰਦੇ ਹਾਂ ਕਿ ਇਸ ਵਾਰ ਦਾ ਐਕਚੁਅਲ ਚ ਫਾਇਦਾ ਕਿਸ ਨੂੰ ਹੋ ਰਿਹਾ ਹੈ। ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਦੀ ਇੱਕ ਰਿਪੋਰਟ ਦੇ ਅਕੋਰਡਿੰਗ ਜਿੱਥੇ ਇੱਕ ਸਾਈਡ ਗਲੋਬਲ ਵੈਪਨ ਟ੍ਰੇਡ ਵਿੱਚ 5% ਦਾ ਡਿਕਲਾਈਨ ਦੇਖਣ ਨੂੰ ਮਿਲਿਆ ਹੈ, ਉੱਥੇ ਦੂਸਰੀ ਸਾਈਡ ਯੂਰੋਪੀਅਨ ਕੰਟਰੀਜ਼ ਵਿੱਚ ਵੈਪਨਸ ਇੰਪੋਰਟ 19% ਨਾਲ ਵਧਿਆ ਹੈ। ਇਸ ਦੇ ਆਬਵੀਅਸ ਰੀਜ਼ਨ ਵੀ ਨੇ ਕਿਉਂਕਿ ਯੂਰਪ ਦੀਆਂ ਦੂਸਰੀ ਕੰਟਰੀਜ਼ ਨੂੰ ਲੱਗਦਾ ਹੈ ਕਿ ਰਸ਼ੀਆ ਯੂਕਰੇਨ ਤੋਂ ਬਾਅਦ ਉਹਨਾਂ ਦੀ ਕੰਟਰੀ ਤੇ ਨਾ ਕਿਤੇ ਅਟੈਕ ਕਰਦੇ, ਇਸ ਕਰਕੇ ਉਹ ਵੈਪਨਸ ਨੂੰ ਇੰਪੋਰਟ ਕਰ ਰਹੇ ਨੇ ਐਂਡ ਆਪਣੇ ਡਿਫੈਂਸ ਨੂੰ ਹੋਰ ਮਜ਼ਬੂਤ ਕਰ ਰਹੇ ਨੇ। ਹੁਣ ਇਸ ਆਮ ਟ੍ਰੇਡ ਵਿੱਚ ਇੰਟਰਸਟਿੰਗ ਗੱਲ ਇਹ ਹੈ ਕਿ ਇਸ ਦਾ ਫਾਇਦਾ ਕਿਸੇ ਹੋਰ ਨੂੰ ਨਹੀਂ ਬਲਕਿ USA ਨੂੰ ਹੋ ਰਿਹਾ। ਜਦੋਂ ਦਾ ਰਸ਼ੀਆ ਨੇ ਯੂਕਰੇਨ ਤੇ ਹਮਲਾ ਕੀਤਾ ਹੈ, ਉਦੋਂ ਤੋਂ ਹੀ ਯੂਰਪ ਦੀਆਂ ਕਈ ਕੰਟਰੀਜ਼ USA ਤੋਂ ਆਮ ਇੰਪੋਰਟਸ ਕਰ ਰਹੇ ਨੇ, ਜਿਵੇਂ ਕਿ ਬ੍ਰਿਟੇਨ, ਨਾਰਵੇ ਐਂਡ ਨੈਦਰਲੈਂਡਸ ਨੇ 71 F-35 ਜੈਟ ਆਰਡਰ ਕੀਤੇ ਆ। ਇਸ ਤੋਂ ਇਲਾਵਾ ਪੋਲੈਂਡ ਨੇ 32, ਜਰਮਨੀ ਨੇ 35 ਐਂਡ ਫਿਨਲੈਂਡ ਨੇ 64 F-35 ਜੈਟਸ ਆਰਡਰ ਕੀਤੇ ਨੇ। F-35 ਦੁਨੀਆ ਦੇ ਸਭ ਤੋਂ ਐਡਵਾਂਸ ਐਂਡ ਸਭ ਤੋਂ ਮਹਿੰਗੇ ਫਾਈਟਰ ਜੈਟਸ ਵਿੱਚੋਂ ਇੱਕ ਹੈ। ਇੱਕ F-35 ਜੈਟ ਦਾ ਪ੍ਰਾਈਸ ਅਰਾਊਂਡ 90 to 100 million dollars ਹੈ ਐਂਡ ਇਸ ਦੇ ਉੱਪਰ ਐਡ ਆਨ ਐਂਡ ਬਾਕੀ ਦੀਆਂ ਸਰਵਿਸਿਸ ਪਾ ਕੇ ਇੱਕ F-35 ਦਾ ਪ੍ਰਾਈਸ ਅਰਾਊਂਡ 400 to 450 million dollars ਬਣ ਜਾਂਦਾ ਹੈ। ਹੁਣ ਇਹਨਾਂ ਸੇਲਸ ਤੋਂ ਅਸੀਂ ਦੇਖ ਸਕਦੇ ਹਾਂ ਕਿ USA ਨੂੰ ਇਹਨਾਂ ਹਥਿਆਰਾਂ ਨੂੰ ਵੇਚ ਕੇ ਕਿੰਨੀ ਕਮਾਈ ਹੋ ਰਹੀ ਹੈ ਐਂਡ ਅਗਰ ਉਹ ਯੂਕਰੇਨ ਥੋੜੀ ਬਹੁਤ ਹੈਲਪ ਕਰ ਵੀ ਦਿੰਦਾ ਹੈ ਤੇ ਇਸ ਦੇ ਵਿੱਚ ਵੀ ਉਸਦਾ ਆਪਣਾ ਫਾਇਦਾ ਹੈ। ਸਿਪਰੀ ਦੀ ਰਿਪੋਰਟ ਦੇ ਅਕੋਰਡਿੰਗ USA ਦੀ ਗਲੋਬਲ ਆਰਮ ਸਪਲਾਈ 'ਚ ਕੰਟਰੀਬਿਊਸ਼ਨ 2022 ਵਿੱਚ 39% ਹੋ ਗਈ ਹੈ। 2017 ਵਿੱਚ ਇਹ ਨੰਬਰ 32% ਸੀ। ਮਤਲਬ ਪਿਛਲੇ 5 ਸਾਲਾਂ ਵਿੱਚ USA ਦੀ ਗਲੋਬਲ ਆਰਮ ਸਪਲਾਈ ਵਿੱਚ ਹਿੱਸਾ 7% ਵਧਿਆ ਹੈ। US ਦੇ ਸਟੇਟ ਡਿਪਾਰਟਮੈਂਟ ਦੇ ਅਕੋਰਡਿੰਗ 2022 ਵਿੱਚ US ਦੀ ਆਮ ਐਕਸਪੋਰਟ 'ਚ 49% ਦਾ ਵਾਧਾ ਹੋਇਆ ਹੈ। ਤੁਹਾਨੂੰ ਦੱਸਦਾ ਕਿ ਕੋਈ ਵੀ ਕੰਟਰੀ USA ਤੋਂ ਦੋ ਤਰੀਕੇ ਦਾ ਵੈਪਨ ਇੰਪੋਰਟ ਕਰ ਸਕਦੀ ਆ। ਫਸਟ ਆ ਕਿ ਉਹਨਾਂ ਦੀ ਪ੍ਰਾਈਵੇਟ ਕੰਪਨੀਆਂ ਨਾਲ ਡਾਇਰੈਕਟ ਡੀਲ ਕਰਕੇ ਐਂਡ ਸੈਕੰਡ ਤਰੀਕਾ ਵਾ ਕਿ US ਦੀ ਗਵਰਨਮੈਂਟ ਦੇ ਨਾਲ ਡੀਲ ਕਰਕੇ। ਹੁਣ 2022 ਵਿੱਚ USA ਦੀ ਜਿਹੜੀਆਂ ਕੰਪਨੀਜ਼ ਨੇ ਵੈਪਨਸ ਦੀ ਡਾਇਰੈਕਟ ਸੇਲ ਕੀਤੀ ਹੈ, ਉਸ ਦੇ ਵਿੱਚ 2021 ਦੇ ਕੰਪੈਰੀਟਿਵ 48.6% ਦਾ ਰਾਈਜ਼ ਦੇਖਣ ਨੂੰ ਮਿਲਿਆ ਹੈ। ਅਗਰ ਆਪਾਂ ਇਸ ਨੂੰ ਪੈਸਿਆਂ 'ਚ ਦੇਖੀਏ ਤਾਂ 2021 ਵਿੱਚ ਇਹਨਾਂ ਕੰਪਨੀਜ਼ ਨੇ $103 billion ਦੇ ਵੈਪਨਸ ਦੀ ਸੇਲ ਕੀਤੀ ਸੀ, ਜੋ 2022 ਵਿੱਚ ਵੱਧ ਕੇ $153.7 billion ਹੋ ਗਈ ਹੈ। ਇਸ ਤੋਂ ਬਾਅਦ 2022 ਵਿੱਚ USA ਦੀ ਗਵਰਨਮੈਂਟ ਵੱਲੋਂ ਕੀਤੀ ਵੈਪਨਸ ਦੀ ਸੇਲ ਵਿੱਚ ਵੀ 2021 ਦੇ ਕੰਪੈਰੀਜ਼ਨ 'ਚ 49.1% ਦਾ ਰਾਈਜ਼ ਦੇਖਣ ਨੂੰ ਮਿਲਿਆ ਹੈ। ਅਗਰ ਆਪਾਂ ਇਹਨਾਂ ਨੂੰ ਪੈਸਿਆਂ 'ਚ ਦੇਖੀਏ ਤਾਂ 2021 ਵਿੱਚ USA ਦੀ ਗਵਰਨਮੈਂਟ ਨੇ $34.8 billion ਦੇ ਵੈਪਨਸ ਦੀ ਸੇਲ ਕੀਤੀ ਸੀ, ਜੋ 2022 ਵਿੱਚ $51.9 billion ਤੇ ਪਹੁੰਚ ਗਈ ਹੈ। ਅਗਰ ਆਪਾਂ ਇਹਨਾਂ ਦੋਨਾਂ ਨੰਬਰਸ ਨੂੰ ਕੰਬਾਈਨ ਕਰਕੇ ਦੇਖੀਏ ਤੇ ਜਿੱਥੇ USA ਨੇ 2021 ਵਿੱਚ $137.8 billion ਦੇ ਵੈਪਨਸ ਦੀ ਸੇਲ ਕੀਤੀ ਸੀ, ਉਹ 2022 ਵਿੱਚ ਵੱਧ ਕੇ $205.6 billion ਹੋ ਗਈ ਹੈ, ਜੋ ਕਿ 2021 ਦੇ ਕੰਪੈਰੀਜ਼ਨ 'ਚ 49% ਵਧਿਆ ਹੈ। ਇੱਥੋਂ ਅਸੀਂ ਦੇਖ ਸਕਦੇ ਹਾਂ ਕਿ ਰਸ਼ੀਆ ਯੂਕਰੇਨ ਵਾਰ ਦਾ ਸਭ ਤੋਂ ਜ਼ਿਆਦਾ ਫਾਇਦਾ USA ਨੂੰ ਹੋ ਰਿਹਾ ਹੈ ਐਂਡ ਨੁਕਸਾਨ ਯੂਕਰੇਨ ਨੂੰ। ਅਗਰ ਅੱਜ ਵਾਰ ਖਤਮ ਵੀ ਹੋ ਜਾਂਦੀ ਆ ਤੇ ਫਿਰ ਵੀ ਯੂਕਰੇਨ ਨੂੰ ਆਪਣੇ ਪੈਰਾਂ ਸਿਰ ਖੜੇ ਹੁੰਦਿਆਂ ਕਾਫੀ ਟਾਈਮ ਲੱਗ ਜਾਏਗਾ, ਕਿਉਂਕਿ ਆਪਾਂ ਪਹਿਲਾਂ ਵੀ ਦੇਖਿਆ ਕਿ ਯੂਕਰੇਨ ਨੂੰ ਦੁਬਾਰਾ ਰੀਬਿਲਡ ਕਰਨ ਦੀ ਕੋਸਟ ਅਪਰੋਕਸੀਮੇਟਲੀ $1 trillion ਹੋਏਗੀ ਐਂਡ ਇਹ ਅਮਾਊਂਟ ਯੂਕਰੇਨ ਦੀ ਟੋਟਲ ਇਕਨੋਮੀ ਤੋਂ ਕਈ ਗੁਣਾ ਜ਼ਿਆਦਾ ਹੈ। ਇਸ ਤੋਂ ਬਾਅਦ ਯੂਕਰੇਨ ਵਿੱਚ ਮੌਜੂਦ ਨਾਜ਼ੀ ਸੋਚ ਵਾਲੀ ਅਜ਼ੋਵ ਬਟਾਲੀਅਨ ਵੀ ਇੱਕ ਥ੍ਰੈਟ ਹੈ ਯੂਕਰੇਨ ਲਈ। ਜਿਵੇਂ USSR ਦੇ ਹਾਰਨ ਤੋਂ ਬਾਅਦ ਰਿਲੀਜੀਅਸ ਐਕਸਟ੍ਰੀਮਿਸਟ ਤਾਲਿਬਾਨ ਨੇ ਅਫਗਾਨਿਸਤਾਨ ਦੀ ਸੱਤਾ ਤੇ ਕਬਜ਼ਾ ਕੀਤਾ, ਉਦਾਂ ਹੀ ਅਜ਼ੋਵ ਬਟਾਲੀਅਨ ਵੀ ਕਰ ਸਕਦੀ ਹੈ ਐਂਡ ਇਹ ਯੂਕਰੇਨ ਦੇ ਫਿਊਚਰ ਲਈ ਸਹੀ ਨਹੀਂ ਹੋਏਗਾ। ਸੋ ਯੂਕਰੇਨ ਨੂੰ ਇਸ ਵਾਰ ਤੋਂ ਬਾਅਦ ਵੀ ਸੋਸ਼ਲ ਡਿਸਇੰਟੀਗ੍ਰੇਸ਼ਨ, ਇਕਨੋਮਿਕ ਕ੍ਰੰਚ, ਰੇਸ਼ੀਅਲ ਐਕਸਟ੍ਰੀਮਿਜ਼ਮ ਨਾਲ ਲੜਨਾ ਪਏਗਾ, ਜਿਵੇਂ ਅੱਜ ਅਫਗਾਨਿਸਤਾਨ ਲੜ ਰਿਹਾ ਹੈ। ਇਸੇ ਲਈ ਯੂਕਰੇਨ ਯੂਰਪ ਦਾ ਨੈਕਸਟ ਅਫਗਾਨਿਸਤਾਨ ਬਣੇਗਾ। ਆਈ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਏਗੀ। ਅਗਰ ਪਸੰਦ ਆਉਂਦੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਐਂਡ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸੋ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਰਸ਼ੀਆ ਯੂਕਰੇਨ ਦੀ ਵਾਰ ਕਦ ਖਤਮ ਹੋਏਗੀ। ਬਾਕੀ ਆਪਾਂ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ।